ਹੁੰਦੇ ਨੇ, ਗੱਲ ਕਿੰਨੀ ਹੋ ਜਾਂਦੀ। ਤੇ ਹੁਣ ਹਾਲਾਂ ਕਿਹਾ ਕਿ ਇਹ ਮੈਂ ਹੁਣ ਗੱਲ ਕਰਿਆ ਜੀ, ਪਰ ਵਜ੍ਹਾ ਇਹ ਸੀ ਕਿ ਨਬੀ ਪਾਕ ਨੇ ਜਦੋਂ ਆਖਿਆ ਹੀ ਨਹੀਂ ਤੇ ਤੂੰ ਅੱਗੇ ਕਿਉਂ ਬੋਲਾਂ ਅੱਲਾਹ ਦੀ ਨਾਰਾਜ਼ਗੀ ਹੋ ਗਈ। ਤੇ ਜਿਹੜਾ ਨਬੀ ਪੱਥਰ ਮਾਰਨ ਵਾਲੇ ਵਾਸਤੇ ਦੁਆਵਾਂ ਦੇਵੇ ਔਰ ਕਾਰਨ ਨੂੰ ਕੋਖਣ ਮਿਲਾਪ ਮਨਾਉਣਾ ਸ਼ਿਰਕ ਹੈ, ਨਬੀ ਦੀ ਪੈਦਾਇਸ਼ ਦਾ ਜ਼ਿਕਰ ਕਰਨਾ ਸ਼ਿਰਕ ਹੈ। ਦੱਸੋ ਅਸਰ ਰਹਿਮਾਨ ਵਾਲੀ ਦਾ ਅੱਲਾਹ ਕੀ ਨਾਮ ਰਹਾ ਦਾ ਹੈ, ਆਪਣੇ ਆਪ ਨੂੰ ਮਸਜਿਦ ਨਬਵੀ ਦੇ ਥੰਮ ਨਾਲ ਬੰਨ ਜਾ ਬੰਨਿਆ ਨਾ ਆਪਣੇ ਆਪ ਨੂੰ ਥੰਮ ਦੇ ਨਾਲ। ਬੀਵੀ ਨੂੰ ਪਤਾ ਲੱਗਿਆ, ਬੀਵੀ ਜਾ ਕੇ ਕਹਿੰਦੀ ਅਬੂ ਲਵਾ ਪਾ ਕੀ ਗੱਲ ਹੈ ਕਿ ਹੁਣ ਉਹਦੇ ਪੈਰ ਉਹ ਵਜਾ ਕੀ ਉਹਨੇ ਕਹਿੰਦੇ ਦੁਨੀਆ ਹਰ ਨਹੀਂ ਬਰਾਨ ਹੋ ਗਈ ਹੈ, ਮੇਰੇ ਨਾਲ ਕਮਲੀ ਵਾਲੇ ਦੀ ਰਾਂ ਨਾਰਾਜ਼ ਹੋ ਗਏ ਨੇ, ਮੈਂ ਤੇ ਹੁਣ ਰੱਬ ਜਾਣੇ ਜਹਦ ਵੀ ਨਾ ਹੋ ਜਾਵਾਂ। ਜਦੋਂ ਇਹਨੂੰ ਬਾਤ ਸੁਣੀ ਉਹਨਾਂ ਨੇ ਕਿਹਾ ਮੇਰੇ ਗੰਡ ਵੀ ਪਾਕ ਨਾਲ ਹੋ ਗਏ ਨੇ, ਤੇ ਬੀਵੀ ਕਹਿਣ ਲੱਗੀ ਐ ਉਹ ਲੋਹਾ ਖਬਰਦਾਰ ਮੇਰੇ ਨਾਲ ਕਲਾਮ ਨਾ ਕਰੀ, ਹੁਣ ਮੇਰਾ ਤੇਰਾ ਰਿਸ਼ਤਾ ਕੋਈ ਨਹੀਂ, ਜਦ ਤੱਕ ਤੇਰੇ ਤੇ ਮੇਰੇ ਨਬੀ ਦੇ ਤੇਰੇ ਨਾਲ ਰਾਜ਼ੀਆਂ ਹੋ ਜਾਣਗੇ ਉਸ ਵਕਤ ਤੱਕ ਮੈਂ ਵੀ ਤੇਰੇ ਨਾਲ ਕਲਾਮ ਨਹੀਂ ਕਰਨਾ। ਨਬੀ ਪਾਕ ਦੀ ਵਜ੍ਹਾ ਨਾਲ ਬੀਵੀ ਨਾਰਾਜ਼ ਹੋ ਗਈ, ਬੱਚੇ ਭੁੱਲ ਗਈ, ਨਬੀ ਪਾਕ ਦੀ ਮੁਹੱਬਤ ਨੂੰ ਅੱਗੇ ਲੈ ਆਈ, ਅਜ਼ਰ ਬਲਾਦ ਆਏ ਅਜ਼ਾਨ ਦੇਣ ਵਾਸਤੇ ਮਸਜਿਦ ਨਬਵੀ ਦੇ ਵਿੱਚ, ਤੇ ਉਹ ਸਹਾਬੀ ਕਹਿੰਦਾ ਹੈ ਉਹ ਬਲਾਦ ਤੂੰ ਮੇਰੇ ਨਾਲ ਕਲਾਮ ਕਰ, ਉਹ ਕਹਿੰਦਾ ਨਾ ਨਾ ਜਦ ਤੱਕ ਮੇਰਾ ਨਬੀ ਤੇਰੇ ਨਾਲ ਕਲਾਮ ਨਹੀਂ ਕਰੇਗਾ ਉਸ ਵਕਤ ਤੱਕ ਬਲਾਦ ਵੀ ਤੇਰੇ ਨਾਲ ਕਲਾਮ ਨਹੀਂ ਕਰੇਗਾ। ਪਤਾ ਇਹ ਲੱਗਿਆ ਨਬੀ ਪਾਕ ਦੇ ਗੁਲਾਮਾਂ ਦੀ ਨਿਸ਼ਾਨੀ ਏ ਵੇ, ਜਿੱਥੋਂ ਉਹ ਆ ਜਾਏ ਉੱਥੇ ਨਫ਼ਰਤ ਦਾ ਜ਼ਹਾਰ ਕਰਨਾ ਇਹ ਸਹਾਬਾ ਦੀ ਸੁਨਨਤ ਹੈ। ਸੁਭਾਨ ਅੱਲਾਹ, ਨਫ਼ਰਤ ਦਾ ਸਾਡੀ ਆਪਣੇ ਕੋਈ ਮਸਲਾ ਨਹੀਂ, ਮਸਲਾ ਸਿਰਫ ਨਬੀ ਪਾਕ ਦੇ ਦਾਤ ਦਾ ਹੈ। ਸਹਾਬਾ ਵੀ ਬੋਲਦੇ ਨਹੀਂ ਸਨ, ਹੁੰਦੇ ਬੀਵੀ ਬੀਵੀ ਹੁੰਦੀ, ਨਿਕਾਹ ਨਹੀਂ ਸੀ ਪੜਿਆ, ਲੇਕਿਨ ਕਿਉਂ ਨਹੀਂ ਕਲਾਮ ਕਰਦੀ ਪਈ ਨਬੀ ਪਾਕ ਦਾ ਨਾਮ ਲਾ ਪਿਆ। ਪਤਾ ਲੱਗਿਆ ਜਦੋਂ ਨਬੀ ਪਾਕ ਨੂੰ ਸਭ ਕੁਛ ਬਾਤ ਲੱਗਾ, ਸਭ ਕੁਛ ਬੰਦਾ ਬਾਰੇ ਤੇ ਫਿਰ ਪਤਾ ਲੱਗਦਾ ਦਿਲ ਵੀ ਤੁਮਾਰਾ ਹੈ ਤਾਂ ਮਤਲਬ ਥੋੜਾ ਥੋੜਾ ਇਹ ਦਿਲ ਵੀ ਤੁਮਾਰਾ ਹੈ ਉਧਰੋਂ ਮੇਰੇ ਨਬੀ ਪਾਕ ਆ ਗਏ, ਹੁਣ ਸਹਾਬੀ ਦੇ ਦਰਦ ਆਵੇ ਕਿ ਕਮਲੀ ਵਾਲੇ ਮੇਰੇ ਨਾਲ ਬੋਲਦੇ ਨੇ ਕਿ ਨਹੀਂ ਬੋਲਦੇ। ਜਦੋਂ ਮੇਰੇ ਨਬੀ ਪਾਕ ਨੇ ਨਜ਼ਰਾਂ ਮੀਆਂ ਕੀਤੀਆਂ ਹੋਈਆਂ ਨੇ ਤੇ ਸਹਾਬੀ ਵੀ ਵੇਖਦੇ ਤੇ ਹੁਣ ਨਬੀ ਪਾਕ ਉਹਦੇ ਵੱਲ ਵੇਖਦੇ ਨਹੀਂ ਪਏ, ਜੇ ਪੀਰ ਨੇ ਫਿਰ ਮੀਆਂ ਗੁਲਾਮ ਫਰੀਦ ਦੀ ਮਮਰੋ ਤਲਬ ਹੁੰਦੀ ਆ ਫਰਮਾਉਂਦੇ ਨੇ ਮੈਂ ਵੇਖਾਂ ਮੇਰਾ ਯਾਰ ਨਾ ਵੇਖੇ ਜਿਵੇਂ ਨਾ ਸੋਹਣਾ ਮਿੱਟ ਵੇਖਣ ਤੇ ਹੋਵੇ ਓ ਰੱਬ ਦੇ ਤੇ ਗੋਲੀ ਮਸਲਦਾ ਤੈਨੂੰ ਭੈਣ ਬਲੇਖੇ ਪਰ ਗੁਲਾਮ ਫਰੀਦਾ ਮਰੀਏ ਮਨ ਵੇਖੇ ਯਾਰ। ਸੁਭਾਨ ਅੱਲਾਹ,
ਜਦੋਂ ਨਬੀ ਪਾਕ ਰਾਤ ਸੌਂਦੇ ਨੇ ਸਹਾਬੀ ਦਾ ਖਿਆਲ ਦਿਲ ਵਿੱਚ ਆਉਂਦਾ, ਉਹ ਮੇਰਾ ਗੁਲਾਮ ਹੈ, ਕਿਉਂਕਿ ਅੱਲਾ ਫਰਮਾਂਦਾ ਰੱਬ ਜਾ ਕੁਮ ਰਸੂਲ ਮਿਨ ਅਨਫੁਸਿਕੁਮ ਅਜ਼ੀਜ਼ ਅਲੈਹਿ ਮਾਲਿਕੁਮ ਹਰੀਸ ਅਲੈਕੁਮ ਬਿਲ ਮੁਮਿਨੀਨਾ ਰਊਫੁਰ ਰਹੀਮ। ਨਬੀ ਦਾ ਤੁਸੀਂ ਦੀਦਾਰ ਜਮਣਦੇ ਹੋ, ਇਹਨੂੰ ਦੇਖਣੇ ਦੀ ਤਕਲੀਫ ਹੀ ਤੁਹਾਡੇ ਦੁਆਰਾ ਨਹੀਂ। ਉਹ ਸਹਾਬੀ ਸਾਰੀ ਸਾਰੀ ਰਾਤ ਰੋਵੇ ਤੇ ਮਸਜਿਦ ਦੇ ਨਾਲ ਕਰੇ। ਇੱਕ ਦਿਨ ਮੇਰੇ ਜਬਰੀਲ ਨੇ ਆ ਕੇ ਕਿਹਾ, ਕਮਲੀ ਵਾਲਿਆ ਤੇਰੇ ਯਾਰ ਦੀ ਤੋਬਾ ਕਬੂਲ ਹੋ ਗਈ ਏ। ਮੇਰੇ ਨਬੀ ਪਾਕ ਮੁਸਕਰਾ ਪਏ। ਉਮੇ ਸਲਮਾ ਕਹਿੰਦੀਆਂ ਨੇ, ਤੇਰੀ ਤੇ ਮੇਰੀ ਮਾਂ ਕਮਲੀ ਵਾਲਿਆ, ਇਹ ਜਿਹੜਾ ਸਾਹਾਬੀ ਰੋਂਦਾ ਰਿਹਾ ਹੈ ਨਾ, ਇਹ ਤੁਸੀਂ ਮੁਸਕਰਾਉਂਦੇ ਪਏ ਹੋ, ਵਜ੍ਹਾ ਕੀ ਏ? ਫਰਮਾਇਆ, ਮੇਰੀ ਬੀਵੀ ਅੱਜ ਮੇਰੇ ਅੱਲਾਹ ਨੇ ਮੇਰੇ ਯਾਰ ਦੀ ਤੋਬਾ ਕਬੂਲ ਕਰ ਲਈ। ਅੱਜ ਮੇਰੇ ਯਾਰ ਦੀ ਤੋਬਾ ਕਬੂਲ ਕਰ ਲਈ। ਅੰਮਾ ਸਰਮਾ ਕਹਿੰਦੀਆਂ ਨੇ, ਜੇ ਹੁਕਮ ਦੇਵੋ ਤੇ ਮੈਂ ਜਾ ਕੇ ਗੁਲਾਮ ਦੇ ਦੇਵਾਂ। ਮਾਵਾਂ ਨੂੰ ਨੀਂਦਰਾ ਨਹੀਂ ਪੈਂਦੀਆਂ ਜਦੋਂ ਗੁਲਾਮ ਕਮਲੀ ਵਾਲੇ ਦੀ ਮਾਂ ਬੀਵੀ ਜਿਹੜੀ ਸਾਡੇ ਸਾਰਿਆਂ ਮੋਮਨਾਂ ਦੀ ਮਾਂ ਹੈ, ਮਾਂ ਵੀ ਨਹੀਂ ਸੌਂਦੀ ਤੇ ਕਮਲੀ ਵਾਲਾ ਵੀ ਨਹੀਂ ਸੌਂਦਾ। ਉਹ ਤੇਰਾ ਪੱਥਰ ਫੁੱਲ ਵਾਲਿਆਂ ਨੂੰ ਪੱਤੂਆਂ ਨਾ ਦੇਵੇ। ਉਹ ਤੇਰਾ ਨਬੀ ਦੇ ਹਿਜਰ ਵਿੱਚ ਰੋਏ ਤੇ ਨਬੀ ਵਾਸਤੇ ਝੰਡੀਆਂ ਦਾ ਇੰਤਜ਼ਾਮ ਕਰੇ। ਉਹ ਨਬੀ ਪਾਕ ਤੋਂ ਆਪਣੀ ਜੇਬ ਤੋਂ ਕੱਢੇ ਪੈਸੇ ਉਹ ਲੋਕਾਂ ਵਿੱਚ ਤਕਸੀਮ ਕਰੇ। ਮੇਰਾ ਨਬੀ ਉਹਨੂੰ ਕਿਵੇਂ ਫਰਾਮੋਸ਼ ਕਰ ਦੇਵੇਗਾ? ਖਬਰਦਾਰ ਮੇਰੀ ਰੱਸੀ ਨਾ ਖੋਲੇ, ਅੱਜ ਮੈਂ ਉਸ ਵਕਤ ਤੱਕ ਰੱਸੀ ਨਹੀਂ ਖੁੱਲੇਗੀ ਜਿੱਦਾਂ ਗੁਨਾਹ ਕਰਕੇ ਰੱਸੀ ਭੱਜੀਏ ਨਾ। ਜਦ ਤੱਕ ਮੇਰਾ ਨਬੀ ਰੱਸੀ ਨਹੀਂ ਖੋਲੇਗਾ ਤੇ ਕਿਉਂ ਤੱਕ ਰੱਸੀ ਕਦੀ ਨਹੀਂ ਖੁੱਲ ਸਕੇਗੀ। ਸੁਭਾਨ ਅੱਲਾਹ, ਉਹਨੀ ਤੇ ਰੱਸੀ ਨਹੀਂ ਖੁੱਲ ਸਕੇ, ਇਹ ਰੱਸੀ ਨਹੀਂ ਖੁੱਲ ਸਕੇਗੀ। ਮੇਰੇ ਕੰਤੀ ਵਾਲੇ ਜਦੋਂ ਅੰਦਰ ਦਾਖਲ ਹੋਏ, ਸਾਹਾਬੀ ਨੇ ਵੇਖਿਆ ਤੇਰਾ ਵੀ ਅਗੇ ਗੁਲਾਮ ਦੇ ਫੁੱਲਾਂ ਦਾ ਖੁੱਲਿਆ ਹੋਇਆ ਸੀ। ਇਹ ਮੇਰੇ ਕਹਿਣ ਦੀ ਲੋੜ ਕੋਈ ਨਹੀਂ, ਅੱਲਾ ਖੁਦ ਪਿਆ ਫਰਮਾਉਂਦਾ, ਯਾਸੀਨ ਵਲ ਕੁਰਾਨ ਹਕੀਮ। ਅੱਲਾ ਖੁਦ ਪਿਆ ਫਰਮਾਉਂਦਾ, ਅੱਲਾ ਖੁਦ ਫਰਮਾਉਂਦਾ, ਯਾ ਅਯੂਹਾ ਨਬੀਓ ਇਨਾ ਅਰਸਲਨਾਕਾ ਸ਼ਾਹਿਦਾ ਵਮੁਬਸ਼ਿਰਾ ਵਨਜ਼ੀਰਾ ਵਦਾਇਆ ਇਲਲਾਹਿ ਬਿਇਜ਼ਨਿਹਿ ਵਸਿਰਾਜਾ ਮੁਨੀਰਾ। ਅੱਗੇ ਚੰਦ ਵਾਂਗਰ ਚਮਕਦਾ ਤੇਰਾ ਏ, ਜਦੋਂ ਅੰਦਰ ਦਾਖਲ ਹੋਏ ਨਾ ਤੇ ਪਰਦਾ ਲੱਗਿਆ, ਨਬੀ ਪਾਕ ਨਿਰਲ ਤੇ ਰਾਜ਼ੀ ਹੋ ਗਏ ਨੇ। ਤੇ ਜਦੋਂ ਕਮਲੀ ਵਾਲੇ ਰੱਸੀ ਖੋਲੀ ਤੇ ਕਦਮਾਂ ਵਿੱਚ ਡਿੱਗ ਕੇ ਕਹਿੰਦਾ ਹੈ, ਕਾਫਲ ਤਾਂ ਨਾਲ ਕੇ ਨਾਲ ਕੇ ਜੰਨਤ ਹੋਈ ਨਸੀਬ। ਕਮਲੀ ਵਾਲਿਆ, ਮੈਂ ਤੇ ਨਾਰੀ ਹੋ ਗਿਆ ਸਾਂ, ਮੈਂ ਤੇ ਜਾਨ ਵੀ ਹੋ ਗਿਆ ਸਾਂ। ਕਮਲੀ ਵਾਲਿਆ, ਤੁਸੀਂ ਕਾਹ ਫਰਮਾ ਛੱਡਿਆ ਏ? ਹੁਣ ਮੈਨੂੰ ਪੱਕੀ ਉਮੀਦ ਹੈ ਮੈਂ ਜੰਨਤੀ ਬਣ ਗਿਆ। ਸੁਭਾਨ ਅੱਲਾਹ, ਬਣ ਗਿਆ
خوف سی جنہاں نوں ناراض ہو جاندا ڈر سی انہاں نے اپنے آپ نوں دوسرا پیش کیتے جو دل کرے کسے کو بکواس دے نہ کوئی نہیں پتہ ہی کوئی اسی واسطے اللہ نے فرمایا سفائیں عام عام مسلم عام آمن تم بھی فقد تو او این دا ایمان رہا جو میرے نبی دے غلاما نہیں سبحان اللہ مجبوری